हेलो स्टूडेंट्स, ऑनलाइन क्लासेज विच तुहाडा स्वागत है। अज असी लैक्चर 39 करन जा रहे हाँ। लैसन सैकेंड, अपने अपने थां सारे चंगे। जैसा कि तुसी इस नूं रीड भी कर चुके हो, इस ते छोटे उत्तरां वाले क्वेश्चन ते वड्डे उत्तरां वाले क्वेश्चन भी कर चुके हो, ते अज असी इस दे MCQ MCQ करांगे और फिर करने हैं फीलिंग द ब्लैंक्स, जिसनों खाली थां कहिंदे ने। ठीक है, ये असी अज करने हैं। इसते जैसा कि पहला है कि पहला फीलिंग द ब्लैंक्स है, तुसी स्क्रीन ते देख रहे हो, ओह केड़ा महीना सी जदों इलायची नू बड़ी गर्मी लगी। उस महीने बारे पूछा गया है कि वह महीना केड़ा सी जदों सब तो पहला इलायची नू ही गर्मी लगी सी, ते इलायची जो लिफाफे विचों बाहर आई सी, तो महीना पूछा उन्होंने। ऑप्शन दिते हुए ने मार्च, अप्रैल, मई या जून। जैसा कि तुसी ये लैसन पढ़िया है, उस विच तुसी पढ़िया कि वह महीना केड़ा सी मई दा। असी तुहानू दस्या सी कि जून दा महीना नहीं सी, मई दा महीना सी। इस क्या है कि वह केड़ा महीना सी जदों इलायची नूं बड़ी गर्मी लगी। ठीक है, महीना पूछ रहे ने और ऑप्शन दिते हुए ने, ते सही आंसर इसका की होएगा, आंसर होएगा जून, मई। जून च ज़्यादा गर्मी होंदी है वैसे, और उस टाइम मई च बहुत गर्मी सी, और इसका सही ऑप्शन है मई। इस विच दिते हुए हैं मार्च, अप्रैल, मई ते जून। किस महीने विच लगी? मई महीने विच। सैकेंड MCQ, हाँ जी सैकिंड है, पूदना ढक्कन उपरों उतर के किस कोल गया? जो पूदना सी, पूदना ढक्कन उपरों उतर के किस कोल गया? किस कोल गया? किस कोल गया सी? ऑप्शन दिते हुए ने सौंफ कोल, सेकंड ऑप्शन है जवैन कोल, थर्ड है अंबचूर कोल और फोर्थ ऑप्शन है अनारदाने कोल। ते तुसी लैसन पढ़िया है, तुहानू पता है किस कोल गया सी? अनारदाने कोल। आंसर की होया? उहदा बेली सी अनारदाना, अनारदाने कोल। ठीक है, आंसर इसका होया अनारदाने कोल, क्योंकि उसका बेली सी। थर्ड MCQ देखो, तीसरा MCQ है कि सौंफ अते जवैन नूं लोग कदों खांदे हन? सौंफ अते जवैन नूं लोग
ਕਦੋਂ ਖਾਂਦੇ ਹਨ? ਹਾਂਜੀ ਆਪਸ਼ਨ ਦਿੱਤੇ ਹੋਏ ਹਨ ਇਹਦੇ ਵਿੱਚ। ਫਸਟ ਆਪਸ਼ਨ ਹੈ ਸਿਰ ਪੀੜ ਹੋਣ ਤੇ, ਸੈਕਿੰਡ ਆਪਸ਼ਨ ਦਿੱਤਾ ਹੋਇਆ ਹੈ ਢਿੱਡ ਪੀੜ ਹੋਣ ਤੇ, ਢਿੱਡ ਹੁੰਦਾ ਹੈ ਪੇਟ, ਜਦੋਂ ਕਿਸੇ ਦੇ ਪੇਟ ਵਿੱਚ ਦਰਦ ਹੁੰਦਾ ਹੈ। ਥਰਡ ਆਪਸ਼ਨ ਹੈ ਬੁਖਾਰ ਹੋਣ ਤੇ, ਔਰ ਫੋਰਥ ਆਪਸ਼ਨ ਹੈ ਦੰਦ ਪੀੜ ਹੋਣ ਤੇ। ਅਤੇ ਤੁਸੀਂ ਲੈਸਨ ਪੜ੍ਹਿਆ ਕਿ ਅਸੀਂ ਸੌਂਫ ਜਾਂ ਜਵੈਣ ਕਦੋਂ ਯੂਜ ਕਰਨੇ ਹਾਂ? ਜਦੋਂ ਸਾਡੇ ਪੇਟ ਵਿੱਚ ਦਰਦ ਹੁੰਦਾ ਹੈ। ਅਤੇ ਇਸਦਾ ਜੋ ਸੈਕਿੰਡ ਆਪਸ਼ਨ ਹੈ, ਇਸਦਾ ਰਾਈਟ ਆਂਸਰ ਹੈ ਢਿੱਡ ਪੀੜ ਹੋਣ ਤੇ। ਢਿੱਡ ਪੀੜ ਹੋਣ ਤੇ ਇਸ ਦਾ ਰਾਈਟ ਆਂਸਰ ਹੋ ਗਿਆ ਢਿੱਡ ਪੀੜ ਹੋਣ ਤੇ। ਚਲੋ ਫੋਰਥ ਕਰੀਏ ਹੁਣ। ਫੋਰਥ ਐਮ ਸੀ ਕਿਊ ਹੈ ਕਿ ਸਰਬਤ ਅਤੇ ਮਿਠਾਈਆਂ ਵਿੱਚ, ਸਰਬਤ ਅਤੇ ਮਿਠਾਈਆਂ ਸ਼ਰਬਤ ਅਤੇ ਮਿਠਾਈਆਂ ਬਣਾਉਣ ਵਿੱਚ ਕੀ ਕੰਮ ਆਉਂਦਾ ਹੈ? ਜਦੋਂ ਅਸੀਂ ਸਰਬਤ ਅਤੇ ਮਿਠਾਈਆਂ ਬਣਾਉਂਦੇ ਹਾਂ ਤਾਂ ਉਸ ਵਿੱਚ ਕੀ ਚੀਜ਼ ਪੈਂਦੀ ਹੈ? ਆਪਸ਼ਨ ਦਿੱਤੇ ਹੋਏ ਹਨ ਫਸਟ 'ਤੇ ਇਲਾਇਚੀ, ਸੈਕਿੰਡ ਆਪਸ਼ਨ ਹੈ ਅਨਾਰਦਾਨਾ, ਥਰਡ ਆਪਸ਼ਨ 'ਤੇ ਹੈ ਪੂਦਨਾ, ਔਰ ਫੋਰਥ ਆਪਸ਼ਨ 'ਤੇ ਹੈ ਜਵੈਣ। ਅਤੇ ਦੇਖੋ ਪੂਦਨਾ ਵੀ ਸਰਬਤ ਹਮੇਸ਼ਾ ਮਿੱਠਾ ਹੁੰਦਾ ਅਤੇ ਉਸ ਵਿੱਚ ਪੂਦਨਾ ਨਹੀਂ ਪੈਂਦਾ, ਔਰ ਜਵੈਣ ਦਾ ਯੂਜ ਅਸੀਂ ਨਹੀਂ ਕਰ ਸਕਦੇ ਕਿਉਂਕਿ ਜਵੈਣ ਵੀ ਸਮੈਲ ਦਿੰਦੀ ਆ, ਪੇਟ ਦਰਦ ਢਿੱਡ ਪੀੜ ਵਿੱਚ ਯੂਜ ਹੁੰਦੀ ਹੈ। ਅਨਾਰਦਾਨਾ ਖੱਟਾ ਹੁੰਦਾ ਹੈ ਸਰਬਤ ਲਈ, ਉਹ ਵੀ ਠੀਕ ਨਹੀਂ, ਪਰ ਸਰਬਤ ਅਤੇ ਮਿਠਾਈਆਂ ਜੋ ਹਨ ਉਹਦੇ ਵਿੱਚ ਇਲਾਇਚੀ ਪੈਂਦੀ ਹੈ ਹਮੇਸ਼ਾ, ਅਤੇ ਇਸਦਾ ਜੋ ਸਹੀ ਰਾਈਟ ਆਂਸਰ ਹੋਏਗਾ ਇਲਾਇਚੀ। ਠੀਕ ਹੈ, ਇਸਦਾ ਰਾਈਟ ਆਂਸਰ ਕੀ ਹੈ? ਇਲਾਇਚੀ। ਓਕੇ, ਹੁਣ ਅਸੀਂ ਕਰਦੇ ਹਾਂ ਫਿਲਿੰਗ ਦਾ ਬਲੈਂਕਸ। ਫਿਲਿੰਗ ਦਾ ਬਲੈਂਕਸ ਵਿੱਚ ਦੇਖੋ ਇਸ ਦੇ ਆਂਸਰ ਦਿੱਤੇ ਹੋਏ ਹਨ ਉੱਤਮ, ਖਟਿਆਈ, ਲਿਫਾਫਾ, ਬੇਲੀ, ਵੇਦਾਂ, ਹਕੀਮਾਂ, ਖਾਣੇ ਅਤੇ ਸਸਤਾ। ਫਸਟ ਫੀਲਿੰਗ ਦਾ ਬਲੈਂਕਸ ਹੈ ਕਿ ਸਾਰੇ ਹੀ ਡੈਸ ਵਿੱਚੋਂ ਨਿਕਲ ਆਏ। ਸਾਰੇ ਹੀ ਕਿਸ ਵਿੱਚੋਂ ਨਿਕਲ ਕੇ ਆਏ ਸਨ? ਫਸਟ ਦਾ ਕੀ ਆਂਸਰ ਹੋਏਗਾ? ਲਿਫਾਫਿਆਂ ਵਿੱਚੋਂ, ਸਾਰੇ ਹੀ ਲਿਫਾਫਿਆਂ ਵਿੱਚੋਂ ਬਾਹਰ ਨਿਕਲ ਆਏ। ਠੀਕ ਹੈ, ਫਸਟ ਦਾ ਆਂਸਰ ਲਿਫਾਫਿਆਂ। ਸੈਕਿੰਡ ਹੈ ਇਲਾਇਚੀ ਆਪਣੇ ਆਪ ਨੂੰ ਇਹਨਾਂ ਸਭਨਾਂ ਵਿੱਚੋਂ ਡੈਸ ਸਮਝਦੀ ਸੀ। ਦੇਖੋ ਇਲਾਇਚੀ ਕੀ ਸਮਝਦੀ ਸੀ? ਉੱਤਮ। ਇਸ ਦਾ ਪਹਿਲਾ ਹੀ ਜੋ ਦਿੱਤਾ ਹੋਇਆ ਹੈ ਉਹ ਸਹੀ ਹੈ, ਸੈਕਿੰਡ ਹੋ ਗਿਆ ਉੱਤਮ। ਸੈਕਿੰਡ ਦਾ ਰਾਈਟ ਆਂਸਰ ਉੱਤਮ। ਥਰਡ ਐਮ ਸੀ ਕਿਊ ਹੈ, ਫੀਲਿੰਗ ਦਾ ਬਲੈਂਕਸ ਹੈ ਕਿ ਮੈਂ ਵੀ ਤੇਰੇ ਵਾਂਗ ਦੇ ਬੜੇ ਕੰਮ ਆਉਂਦੀ ਹਾਂ। ਹੁਣ ਕਿੰਨਾ ਦੇ ਕੰਮ ਆਉਂਦੀ ਹਾਂ? ਉੱਤਮ ਹੋ ਚੁੱਕਿਆ, ਖਟਿਆਈ ਦੇ ਕੰਮ ਨਹੀਂ, ਲਿਫਾਫੀਆਂ ਆ ਚੁੱਕਿਆ ਹੈ, ਬੇਲੀ ਸਾਥੀਆਂ ਦੇ ਮੈਂ ਵੀ ਬੇਲੀ ਦੇ ਕੰਮ ਆਉਂਦੀ ਹਾਂ ਨਹੀਂ, ਵੇਦਾਂ ਹਕੀਮਾਂ ਹਾਂ ਮੈਂ ਵੀ ਤੇਰੇ ਵਾਂਗ ਵੇਦਾਂ ਹਕੀਮਾਂ ਦੇ। ਥਰਡ ਦਾ ਕੀ ਹੋ ਗਿਆ? ਵੇਦਾਂ ਹਕੀਮਾਂ ਦੇ, ਮੈਂ ਵੀ ਤੇਰੇ ਵਾਂਗ ਵੇਦਾਂ ਹਕੀਮਾਂ ਦੇ ਬੜੇ ਕੰਮ ਆਉਂਦੀ ਹਾਂ। ਫੋਰਥ ਹੈ ਮੇਰੀ ਡੈਸ ਬਿਨਾਂ
किन्ने ही डैश चंगे नहीं लगते, मेरी खटियाई बिना किन्ने ही खाने। खटियाई बिना किन्ने ही खाने, इस दे विच ही किन्ने ही खाने चंगे नहीं लगते, कि खाना जो बनाई दा वो चंगे नहीं लगते। नैक्सट है, मैं तुहाड़े विचो सारिया तो डैस हाँ, मैं तुहाड़े विचो सारिया तो सस्ता हाँ। ये की कौन कह रहा है? पूदना। मैं तुहाड़े विचो सारिया तो सस्ता हाँ, ठीक है। फिफ्थ च आ गया सस्ता। सानू सारिया नू डैस बन के रहना चाहिए है, की बन के रहना चाहिए है? बेली। बेली की हुंदा है? मित्र। ये सानू सारिया नू बेली बन के रहना चाहिए है। तो ये सन तुहाडे एमसीक्यू और फिलिंग द ब्लैंक्स। आज दे लिए इन्ना ही। खुश रहो, सुरक्षित रहो। गुड बाय, स्टे होम, सत श्री अकाल।